लंबी पुलिस वालों गुप्त सूचना के आधार उत्ते इंटरस्टेट गैंग का एक मैंबर काबू किया गया है, जिस को 3 पिस्टल देसी 5 मैगजीन ते बिना मारका 12 राउंड जिंदा बरामद किए गए ने। दसा जा रहा है कि गिरफ्तार किया गया व्यक्ति लुधियाना जिले दे विच दिवाली दे त्योहार दे मद्देनजर कोई वड्डी वारदात नूं अपने साथियों नाल मिलके अंजाम देण वाला सी ते लंबी पुलिस वालों गुप्त सूचना के आधार उत्ते डबवाली मलोट रोड दे उत्ते पिंड मैणा दे सेम नाले दे पुल तों इस व्यक्ति नूं गिरफ्तार किया है। मानयोग SSP साहब श्री मुक्तसर साहब के डायरेक्शन के तहत असी एक इनफॉर्मेशन बेस्ड जी सूँ सफलता मिली है। इंटरस्टेट जेडे गैंग का एक मैंबर जिन्हें अपने साथी लुधियाने जो इन्हों का प्लैन से उत्थे कुछ वड्डी वारदात को अंजाम देना सी। SHO लंबी ने इस इनफॉर्मेशन डिवेलप किया, इंटरसैप्ट किया, जिदे जिहड़ा बंदा राजस्थान तो आ रहा उत्थों इन्हें फिर लुधियाने जाना सी, जो असी मुक्तसर की हद से इनू इंटरसैप्ट किया, जिसे को 3 पिस्टल मिले ने, 5 मैगजीन मिले ने, बाकी एमुनेशन मिली। ਕਿੱਥੋਂ ਲਿਆਉਂਦੇ ਸੀ ਜਾਂ ਕੁਝ ਇਸ ਤਰ੍ਹਾਂ ਦਾ? ਜਿਵੇਂ ਦੀ ਹਾਂਜੀ ਹੁਣ ਤੱਕ ਦੀ ਪੁੱਛਗਿੱਛ ਹੈ ਕਿ ਮੱਧ ਪ੍ਰਦੇਸ਼ ਇੰਦੌਰ 'ਚ ਕੋਈ ਵਿਅਕਤੀ ਆ ਉਹਦੇ ਕੋਲ ਲੈ ਕੇ ਆਉਂਦੇ ਆ ਅਤੇ ਇੱਥੇ ਆ ਕੇ ਕੋਈ ਵੀ ਵਾਰਦਾਤ ਨੂੰ ਅੰਜਾਮ ਦਿੰਦੇ। ਕੋਈ ਮੁੱਢਲੀ ਪੁੱਛਗਿੱਛ ਸਰ, ਕੋਈ ਪਹਿਲਾਂ ਦੇ ਪਰਚੇ ਇਹਨਾਂ ਦੋਵਾਂ ਦੇ ਉੱਤੇ ਸਰ ਕੁਛ? ਜਿਹੜਾ ਇਹਦਾ ਸਾਥੀ ਆ ਉਹਦੇ 'ਤੇ ਪਰਚਾ ਪਟਿਆਲੇ ਜ਼ਿਲ੍ਹੇ ਪਾਤੜਾਂ 'ਚ ਆਇਆ ਹੈ ਅਤੇ ਉੱਥੋਂ ਵੀ ਉਹ ਵਾਂਟਡ ਆ ਅਤੇ ਸਾਡੀ ਵੀ ਹੁਣ ਜਿਹੜੀਆਂ ਉਹਨੂੰ ਜਲਦੀ ਤੋਂ ਜਲਦੀ ਉਹਨੂੰ ਅਰੈਸਟ ਕਰਨ ਦੀ ਕੋਸ਼ਿਸ਼ਾਂ ਚੱਲ ਰਹੀਆਂ। ਇੱਕ ਨਾਮ ਕੀ ਹੈ ਜਿਹੜਾ ਫੜਿਆ ਅਤੇ ਜਿਹੜਾ ਉਹ ਜਿਹੜਾ ਹੁਣ ਫੜਿਆ ਜੀ ਇਹਦਾ ਬੱਦਰੀ ਦਾਸ ਹੈ ਜੀ, ਅਤੇ ਜਿਹੜਾ ਸਾਨੂੰ ਲੋੜੀਂਦਾ ਜੀ ਉਹਦੇ 'ਚ ਹੈਪੀ ਸਿੰਘ ਨੇ ਦੱਸਿਆ ਜੀ। ਇੱਕ ਹੀ ਵਿਅਕਤੀ ਤੋਂ 3 ਵੈਪਨ ਪਕੜੇ ਗਏ ਨੇ? ਹਾਂਜੀ। ਕੀ ਮਤਲਬ ਕਿ ਇੱਥੇ ਕਿਸੇ ਨੂੰ ਦੇਣੇ ਸੀ ਜਾਂ ਨਾਲੇ ਕਿਹੜੇ ਹੋਰ ਵੀ ਕੈਮਰੇ? ਨਹੀਂ, ਇਹਦੇ ਦੇਖੋ ਇਸ ਚੀਜ਼ ਨੂੰ ਅਸੀਂ ਰੂਲ ਆਊਟ ਨਹੀਂ ਕਰ ਸਕਦੇ ਕਿ ਵਾਰਦਾਤ ਵਾਸਤੇ ਆਇਆ ਸੀ, ਤਾਂ ਹੀ ਇਹਦੇ ਕੋਲ ਇੰਨੇ ਵੈਪਨ ਸੀ। ਇਹਦੇ ਜਿਹੜੇ ਬਾਕੀ ਸਾਥੀ ਨੇ ਉਹ ਅਸੀਂ ਅਜੇ ਅਰੈਸਟ ਕਰਨੇ। ਸਰ ਮੈਗਜ਼ੀਨ ਕਿੰਨੀਆਂ ਸੀ, ਕਿੰਨੇ ਕਾਰਤੂਸ ਪਕੜੇ ਗਏ? ਦੇਖੋ 5 ਮੈਗਜ਼ੀਨ ਸੀ, ਜਿਹੜੇ ਕਾਰਤੂਸ ਸੀ ਉਹ ਜਿਹੜੇ 12 ਜ਼ਿੰਦਾ ਕਾਰਤੂਸ ਅਸੀਂ ਫੜੇ। ਤੁਹਾਨੂੰ ਦੱਸ ਦਈਏ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਦਾ ਨਾਮ ਬੱਦਰੀ ਦਾਸ ਦੱਸਿਆ ਜਾ ਰਿਹਾ ਹੈ ਅਤੇ ਇਸ ਵਿਅਕਤੀ ਨੇ ਪੁਲਿਸ ਨੂੰ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਉਹ ਇਹ ਅਸਲਾ ਇੰਦੌਰ ਤੋਂ ਇੱਕ ਵਿਅਕਤੀ ਤੋਂ ਲੈ ਕੇ ਆਇਆ ਸੀ ਅਤੇ ਉਸਨੇ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਵੀ ਦੇਣਾ ਸੀ। ਫਿਲਹਾਲ ਪੁਲਿਸ ਵੱਲੋਂ ਇਸ ਵਿਅਕਤੀ ਦਾ 3 ਦਿਨ ਦਾ ਰਿਮਾਂਡ ਹਾਸਲ ਕਰ ਲਿਆ ਗਿਆ ਹੈ ਅਤੇ ਮੁਕੱਦਮੇ ਦੀ ਤਫਤੀਸ਼ ਪੁਲਿਸ ਵੱਲੋਂ ਜਾਰੀ ਹੈ। ਮੁਕਤਸਰ ਸਾਹਿਬ ਤੋਂ AH ਟੋਡੀ ਦੀ ਰਿਪੋਰਟ, ਜਗਬਾਣੀ TV।